ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਬੱਲ ਘੱਗਰ ਵਿੱਚ ਪਿਆ ਪਾੜ ਸੰਗਰੂਰ ਦੇ ਮੂਨਕ ਵਿੱਚ ਹੜ੍ਹ ਤਾਂ ਦੋਸਤੋ 12 ਜੁਲਾਈ ਘੱਗਰ ਵਿੱਚ ਤਿੰਨ ਪਾੜ ਪੈਣ ਦੇ ਕਾਰਨ ਸੰਗਰੂਰ ਦੇ ਮੂਨਕ ਵਿੱਚ ਹੜ੍ਹ ਆ ਗਿਆ ਜਦਕਿ ਪ੍ਰਸ਼ਾਸਨ ਇੱਕ ਪਾੜ ਨੂੰ ਪੂਰ ਦਿੱਤਾ ਹੈ ਵਿਧਾਇਕ ਬਰਿੰਦਰ ਗੋਇਲ ਡਿਪਟੀ ਕਮਿਸ਼ਨਰ ਜਤेंद्र ਰਾਜ ਜੁਰਬਾਲਾ ਤੇ ਐਸਐਸਪੀ सुरेंद्र ਲੰਬਾਰੇ ਵੱਲੋਂ ਮਕੋੜਾ ਸਹਿਬ ਵਕੇ ਕੈਸ ਦੀ ਬੈਚਾ ਬੈਠ ਕੇ ਇਲਾਕੇ ਦਾ ਜਾਇਜ਼ਾ ਲਿਆ ਗਿਆ ਮਕੋੜਾ ਸਹਿਬ ਵਕੇ ਸੁਬੀਰ ਤੋਈ ਪਾੜ ਪੂਰਨ ਦੇ ਪ੍ਰਬੰਧਾ ਦੇ ਨਿਗਰਾਨੀ ਕਰੇ ਵਿਧਾਇਕ ਲਹਿਰਾ ਗਾਗਾ ਦੇ ਬਰਿੰਦਰ ਗੋਇਲ ਨੇ ਕਿਹਾ ਕਿ ਲੋਕਾਂ ਨੂੰ ਖਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਹੇਠਾਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜੀ ਹੈ ਉਹਨਾਂ ਦਾ ਕਹਿਣਾ ਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਇੱਥੇ ਮੌਜੂਦਾ ਮੰਡਵੀ ਦੇ ਵਿੱਚ ਪਿਆ ਪਾੜ ਪੂਰ ਦਿੱਤਾ ਗਿਆ ਹੈ ਅਤੇ ਬਾਕੀ ਦੋ ਥਾਵਾਂ ਤੇ ਪਏ ਪਾੜ ਨੂੰ ਪੂਰਨ ਲਈ ਜੰਗੀ ਪੱਧਰ ਦੇ ਉੱਤੇ ਕੰਮ ਜਾਰੀ ਹਨ ਇਸ ਤੋਂ ਪਹਿਲਾਂ ਸੰਗਰੂਰ ਦੇ ਡੀਸੀ ਨੇ ਚੇਤਾਵਨੀ ਦਿੱਤੀ ਸੀ ਕਿ ਗਰਧ ਵਿੱਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਦੇ ਕਾਰਨ ਇਸ ਦਾ ਪਾਣੀ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਦਾਖਲ ਹੋ ਸਕਦਾ ਹੈ ਕਿਸਾਨਾਂ ਦਾ ਦੋਸ਼ ਹੈ ਕਿ ਇਹ ਪਾੜ ਕਗਰ ਦੇ ਬੰਨ ਦੀ ਮੁਰੰਮਤ ਨਾ ਹੋਣ ਦੇ ਕਾਰਨ ਪਏ ਹਨ ਇਸ ਕਾਰਨ ਕਈ ਪਿੰਡਰ ਵਿੱਚ ਪਾਣੀ ਦਾਖਲ ਹੋ ਗਿਆ ਹੈ ਹੁਣ ਆ ਪੈਨਸ਼ਨ ਲੈਣ ਦੇ ਲਈ ਉਮਰ ਦਾ ਸਬੂਤਾ ਦੇਣ ਦੇ ਲਈ ਦਿਨਾ ਹੋਵੇਗਾ ਇਹ ਡਾਕੂਮੈਂਟ ਜੀ ਆਂ ਦੋਸਤੋ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਬੁਢਾਪਾ ਪੈਨਸ਼ਨ ਵਧਵਾਤੇ ਬੇਕਰ ਨਿਆਸਰਤ ਐਸਤਰੀਆਂ ਆਸਰਿਤ ਬੱਚਿਆਂ ਅਤੇ ਅਪੰਗ ਬਿਅਕਤੀਆਂ ਦੇ ਲਈ ਪੈਨਸ਼ਨਰਾਂ ਦੇ ਲਈ ਮਾਲਿਕ ਸਹਾਇਤਾ ਗ੍ਰਾਂਟ ਦੇ ਨਿਯਮਾਂ ਬਾਰੇ 1968 ਦੇ ਨਿਯਮਾਂ ਵਿੱਚ ਉਮਰ ਦੇ ਸਬੂਤਾਂ ਸਬੰਧੀ ਨਿਯਮ ਵਿੱਚ ਸੋਧ ਕੀਤੀ ਗਿਆ ਐਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਐਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਵਿਭਾਗ ਦੇ ਵੱਲੋਂ ਐਸ ਸਬੰਧ ਦੇ ਅਧੀਨ ਸੂਚਨਾ ਨੰਬਰ 1670 ਮਿਤੀ 12 ਜੁਲਾਈ 2023 ਨੂੰ ਜਾਰੀ ਕੀਤਾ ਗਿਆ ਨਵੇਂ ਸੋਧ ਅਨੁਸਾਰ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਵੋਟਰ ਕਾਰਡ ਜਾਂ ਵੋਟਰ ਲਿਸਟ ਜਾਂ ਜਨਮ ਸਰਟੀਫਿਕੇਟ ਜੋ ਕਿ ਸਮਰਥ ਅਥਾਰਟੀ ਤੋਂ ਜਾਰੀ ਹੋਇਆ ਹੋਵੇ ਜਾਂ ਦਸਮੀ ਦਾ ਸਰਟੀਫਿਕੇਟ ਪੇਸ਼ ਕੀਤਾ ਜਾ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਪੈਨਸ਼ਨਰਾਂ ਦੇ ਸਹੂਲਤ ਦੇ ਲਈ ਇਹ ਸੋਧ ਕੀਤੀ ਗਿਆ ਕਿਉਂਕਿ ਪੈਨਸ਼ਨਰਾਂ ਨੂੰ ਸਕੂਲ ਸਰਟੀਫਿਕੇਟ ਪੇਸ਼ ਕਰਨ ਦੇ ਲਈ ਦੇਖ ਘਾਤਾ ਪੇਸ਼ ਹੁੰਦੀ ਸੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟੇਲ ਬਟਨ ਨੂੰ ਦਬਕ ਕੇ ਆਲਟ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਹੈਲੀਕਾਪਟਰ ਤੋਂ ਲਿਆ ਹੜ ਦਾ ਜਾਇਜਾ ਪੰਜ ਜ਼ਿਲ੍ਹਿਆਂ ਨੂੰ ਅਲਰਟ ਜੀ ਆਂ ਦੋਸਤੋ ਹਰਿਆਣ ਦੇ ਵਿੱਚ ਹੜ ਦੇ ਪ੍ਰਕੋਪ ਨੂੰ ਦੇਖਣ ਦੇ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਭਾਵਿਤ ਜ਼ਿਲ੍ਹਿਆਂ ਦਾ ਹਵਾਈ ਸਰਵੇਖਣ ਕੀਤਾ ਸਰਵੇ ਦੇ ਵਿੱਚ ਔਸਤ ਤੋਂ ਬਾਅਦ ਮੀਂਹ ਕਾਰਨ ਕੁਰੂਕਸ਼ੇਤਰ ਪਿੰਡੂ ਖੇਤਰ ਅਤੇ ਅੰਬਾਲਾ ਸ਼ਹਿਰ ਦੇ ਖੇਤਰਾਂ ਨੂੰ ਸਭ ਤੋਂ ਬਾਅਦ ਨੁਕਸਾਨ ਹੋਇਆ ਹੈ ਸੀਐਮ ਨੇ ਦੱਸਿਆ ਕਿ ਜਮਨਾ ਨਗਰ ਕੈਥਲ ਪੰਚਕੁਲਾ ਤੱਕ ਦੇ ਇਲਾਕਿਆਂ ਵਿੱਚ ਮੀਂਹ ਕਾਰਨ ਲੋਕਾਂ ਪ੍ਰਭਾਵਿਤ ਹੋਏ ਹਨ ਰਾਹਤ ਦੀ ਗੱਲ ਇਹ ਹੈ ਕਿ ਹੁਣ ਹੌਲੀ-ਹੌਲੀ ਪਾਣੀ ਘਟ ਰਿਹਾ ਮੁੱਖ ਮੰਤਰੀ ਨੇ ਕਹਿ ਕੇ ਸਰਕਾਰ ਪ੍ਰਭਾਵਿਤ ਲੋਕਾਂ ਦੇ ਹਾਰ ਸੰਭਾਵ ਮਦਦ ਕਰੇਗੀ ਐਸ ਸਬੰਧਿਤ ਅਧਿਕਾਰੀਆਂ ਨੂੰ ਸਖਤ ਦਸਤਾਵੇਜ਼ ਜਾਰੀ ਕੀਤੇ ਗਏ ਹਨ ਟਮਾਟਰ ਖਾਤਕ ਕਾਰਨ ਰਾਹਤ ਦੇਣ ਦੇ ਤਿਆਰੀ ਕੇਂਦਰ ਨੇ ਖਰੀਦਦਾਲੇ ਇਨਾ ਅਜਾਂ ਸੰਗ ਨੂੰ ਦਿੱਤਾ ਜਮਾ ਤਾਂ ਦੋਸਤੋ ਕੇਂਦਰ ਨੇ ਵੱਧ ਬਾਰ ਨੂੰ ਨੈਸ਼ਨਲ ਐਗਰੀਕਲਚਰ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਅਤੇ ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵਾ ਫੈਡਰੇਸ਼ਨ ਨੂੰ ਆਂਧਰਾ ਪ੍ਰਦੇਸ਼ ਕਰਨਾਟਕ ਅਤੇ ਮਹਾਰਾਸ਼ਟਰ ਤੋਂ ਟਮਾਟਰਾਂ ਦੇ ਖਰੀਦ ਦਾ ਕਰਨ ਦੇ ਨਰਦੇਸ਼ ਦਤਿਆ ਨੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਵੱਡੇ ਖਾਪਤ ਕੇਂਦਰਾਂ ਤੇ ਟਮਾਟਰ ਘੱਟ ਰੇਟਾਂ ਦੇ ਨਾਲ ਵੰਡੇ ਜਾਣਗੇ ਜ਼ਿਕਰਜੁਗਾ ਕਿ ਪਿਛਲੇ 1 ਮਹੀਨੇ ਦੇ ਵਿੱਚ ਟਮਾਟਰ ਦੀਆਂ ਪਰਚੂਨ ਕੀਮਤਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਹੈ ਖਪਤਕਾਰ ਮਾਮਲਿਆਂ ਦੇ ਸਖਤਰ ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਟਮਾਟਰ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਐਨਸੀਆਰ ਉੱਤਰ ਪ੍ਰਦੇਸ਼ ਬਿਹਾਰ ਅਤੇ ਪੱਛਮੀ ਬੰਗਾਲ ਦੇ ਵਿੱਚ ਘੱਟ ਕੀਮਤਾਂ ਤੇ ਵੇਚੇ ਜਾਣਗੇ ਇਸ ਤੋਂ ਇਲਾਵਾ ਪਟਨਾ ਬਾਰਾਨਸੀ ਕਾਨਪੁਰ ਅਤੇ ਕੋਲਕਾਤਾ ਦੇ ਵਿਚਵੇਂ ਸਬਸਿਡੀ ਵਾਲੇ ਟਮਾਟਰ ਮੈਲੰਗੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ 14 ਜੁਲਾਈ ਤੋਂ ਦਿੱਲੀ ਐਨਸੀਆਰ ਦੇ ਵਿੱਚ ਖਪਤਕਾਰਾਂ ਨੂੰ ਪਰਚੂਨ ਦੁਕਾਨਾਂ ਤੇ ਰਹੀ ਟਮਾਟਰ ਘੱਟਾ ਦਰਾਂ ਤੇ ਵੇਚੇ ਜਾਣਗੇ ਭਾਰੀ ਮੀਂਹ ਕਾਰਨ ਸਪਲਾਈ ਦੇ ਵਿੱਚ ਵਿਘਨ ਪੈਣ ਦੇ ਚੱਲਦੇ ਦੇਖਦੇ ਕਈ ਹਿੱਸਿਆਂ ਵਿੱਚ ਟਮਾਟਰ ਦੀਆਂ ਪਰਚੂਨ ਕੀਮਤਾਂ 200 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗੰਗਾ ਹਨ ਨਹੀਂ ਛੱਡਿਆ ਜਾ ਰਿਹਾ ਪਾਖੜਾ ਡੈਮ ਤੋਂ ਸਤਲਜ ਦੇ ਵਿੱਚ ਪਾਣੀ ਤਾਂ ਦੋਸਤੋ ਬੀਤੇ ਦਿਨਾਂ ਤੋਂ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਾਰਿਸ਼ ਦੇ ਕਾਰਨ ਨਦੀਆਂ ਤੇ ਬਾਨਾ ਨਕੋਨਕ ਵਗ ਰਹੇ ਹਨ ਜਿਸ ਦੇ ਚਲਦੇ ਕੱਲ ਪਾਖੜਾ ਬਿਆਸ ਪ੍ਰਬੰਧਨਾ ਬੋਰਡ ਨੇ ਇੱਕ ਪੱਤਰ ਜਾਰੀ ਕਰਕੇ ਸਤਲਜ ਦਰਿਆ ਦੇ ਵਿੱਚ 13 ਜੁਲਾਈ ਨੂੰ 30000 ਕਿਊਸਿਕ ਪਾਣੀ ਛੱਡਣ ਦੀ ਗੱਲ ਕਹਿਣ ਤੋਂ ਬਾਅਦ ਕੱਲ ਪੂਰਾ ਦਿਨ ਸੋਸ਼ਲ ਮੀਡੀਆ ਦੇ ਵਿੱਚ ਪਵਾਮਾ ਦਾ ਬਾਜ਼ਾਰ ਗਰਮ ਰਿਹਾ ਇਸ ਦੇ ਦੌਰਾਨ ਭਾਵੇਂ ਅਧਿਕਾਰਤਾ ਤੌਰ ਤੇ ਬੀਬੀ ਐਮਬੀ ਦੇ ਕਿਸੇ ਅਧਿਕਾਰੀ ਨੇ ਪੱਤਰਕਾਰ ਸੰमेलन ਬੁਲਾ ਕੇ ਪਾਣੀ ਛੱਡਣ ਵਾਲੇ ਪੱਤਰ ਨੂੰ ਤਿੰਨ ਦਿਨਾਂ ਦੇ ਲਈ ਮੁਲਤਵੀ ਕਰਨ ਦੀ ਗੱਲ ਨਹੀਂ ਕਹੀ ਪਰ ਸੂਤਰਾਂ ਨੇ ਇਹ ਗੱਲ ਪੱਕੀ ਕਰ ਦਿੱਤੀ ਹੈ ਕਿ ਪਾਣੀ ਨਹੀਂ ਛੱਡਿਆ ਜਾਵੇਗਾ ਅਗਲੀ ਖਬਰ ਹੈ ਚੰਡੀਗੜ੍ਹ ਦੇ ਵਿੱਚ ਪੀਣ ਵਾਲੇ ਪਾਣੀ ਦਾ ਸੰਕਟਾ ਪ੍ਰਾਈਵੇਟ ਟੈਂਕਰਾਂ ਵਾਲੇ ਮਨਮਰਜ਼ੀ ਤੇ ਉਤਰੇ 500 ਵਾਲਾ ਟੈਂਕਰ ਦੇ ਰਹੇ ਹਨ 3000 ਰੁਪਏ ਵਿੱਚ ਆਹ ਦੋਸਤੋ ਪਾਣੀ ਦੇ ਪਾਈਪਲਾਈਨ ਟੁੱਟਣ ਦੇ ਕਾਰਨ ਸ਼ਰਦ ਵਿੱਚ ਪਾਣੀ ਦਾ ਸੰਕਟ ਵੱਧ ਗਿਆ ਚੰਡੀਗੜ੍ਹ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਘੱਟ ਪ੍ਰੈਸ਼ਰ ਦੇ ਨਾਲ ਪਾਣੀ ਆ ਰਿਹਾ ਜਦੋਂ ਕਿ ਮਣੀ ਮਾਜਰਾ ਦੇ ਵਿੱਚ ਵੀ ਪਾਈਪਲਾਈਨ ਟੁੱਟਣ ਦੇ ਕਾਰਨ ਪਾਣੀ ਵਗਦਾ ਰਿਹਾ ਮੰਗਲਵਾਰ ਨੂੰ ਤਾਂ ਲੋਕਾਂ ਨੇ ਬਚੇ ਹੋਏ ਪਾਣੀ ਦੇ ਨਾਲ ਕੰਮ ਚਲਾ ਲਿਆ ਪਰ ਬੁੱਧਵਾਰ ਨੂੰ ਸਵੇਰ ਤੋਂ ਹੀ ਪਾਣੀ ਦੀ ਭਾਰੀ ਕਿਲਤ ਸ਼ੁਰੂ ਹੋ ਗਈ ਲੋਕਾਂ ਦੇ ਘਰਾਂ ਦੇ ਵਿੱਚ ਪੀਣ ਦਾ ਲਈ ਪਾਣੀ ਵੀ ਨਹੀਂ ਬਚਿਆ ਪੂਰਾ ਮਣੀ ਮਾਜਰਾ 24 ਵਾਟਰ ਟੈਂਕਰਾਂ ਤੇ ਆਧਾਰਤ ਹੈ ਅਜੇ ਹੀ ਸਥਿਤੀ ਦੇ ਵਿੱਚ ਪਾਣੀ ਨਹੀਂ ਪਹੁੰਚਾ ਰਿਹਾ ਮੰਗਲਵਾਰ ਨੂੰ 4 ਲੱਖ ਲੀਟਰ ਤੋਂ ਬਾਅਦ ਪਾਣੀ ਦੀ ਸਪਲਾਈ ਹੋਈ ਐਹਦੇ ਬਾਵਜੂਦ ਦਾ ਇਹ ਸਭ ਦੇ ਲਈ ਉਠਦੇ ਮੂੰਹ ਦੇ ਵਿੱਚ ਜਿਹੜੇ ਸਮਾਨ ਹੈ ਹੁਣ ਪਾਈਪਲਾਈਨ ਦੀ ਮੁਰੰਮਤ ਵਿੱਚ ਦੋ ਦਿਨ ਹੋਰ ਲੱਗਣਗੇ ਅਜਿਹੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦਿਨ-ਬਦਨ ਵੱਧੀਆਂ ਹੀ ਜਾਰੀਆਂ ਹਨ ਮਣੀ ਮਾਜਰਾ ਦੇ ਵਿੱਚ ਨਗਰ ਨਗਮ ਦੇ ਵੱਲੋਂ ਟੈਂਕਰ ਦੇਰੀ ਜਾਂ ਨਾ ਮਿਲਣ ਕਾਰਨ ਲੋਕਾਂ ਨੇ ਪ੍ਰਾਈਵੇਟਾਂ ਲੋਕਾਂ ਤੋਂ ਪਾਣੀ ਦੇ ਟੈਂਕਰ ਮੰਗਵਾ ਲਏ ਦੱਸਿਆ ਇਹ ਵੀ ਜਾ ਰਿਹਾ ਕਿ ਜੋ ਟੈਂਕਰ ਆਮ ਤੌਰ ਤੇ 500 ਰੁਪਏ ਵਿੱਚ ਮਿਲਦਾ ਸੀ ਉਹ ਹੁਣ 1000 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਵਸੂਲੇ ਜਾ ਰਹੇ ਹਨ ਤੇ ਕਈ ਘਰ ਅਜੇ ਸਨ ਜੋ ਕਿ ਪਾਣੀ ਦੇ ਟੈਂਕਰ ਦੇ ਲਈ ਸਵੇਰ ਤੋਂ ਹੀ ਕੰਟਰੋਲ ਰੂਮਾ ਹੈਲਪਲਾਈਨ ਨੰਬਰ ਤੇ ਅਧਿਕਾਰੀਆਂ ਨੂੰ ਪੂਨ ਕਰਦੇ ਰਹੇ ਪਰ ਸ਼ਾਮ ਤੱਕ ਵੀ ਪਾਣੀ ਦੇ ਟੈਂਕਰ ਆਪਣੀ ਥਾਂ ਨਹੀਂ ਪਹੁੰਚੇ ਅਗਲੀ ਵੱਡੀ ਖਬਰ ਲੋਕਾਂ ਨੂੰ ਮੈਦਾਨਾਂ ਪਹੁੰਚੇ ਮੁੱਖ ਮੰਤਰੀ ਉੱਤੇ ਵਿਕਰਮ ਅਮਜੀਠੇ ਰੇ ਟਿੱਪਣੀ ਕਿਹਾ ਜੇ ਲੋਕਾਂ ਦੇ ਕੋਲ ਹੀ ਹਾਲ ਪੁੱਛਣਾ ਸੀ ਤਾਂ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਬਣ ਰਹੇ ਹਾਲਾਤ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ ਹੁਣ ਅਕਾਲੀ ਆਗੂ ਵਿਕਰਮ ਅਮਜੀਠੇ ਨੇ ਪਿਛਲੇ ਦਿਨੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸ਼ੇਅਰ ਕਰਕੇ ਟਿੱਪਣੀ ਕੀਤੀ ਆਹਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਨੂੰ ਦਲੇ ਦੇ ਟੀਮ ਦੇ ਨਾਲ ਗੱਲ ਕਰਕੇ ਉਹਨਾਂ ਦੇ ਇਸ ਤਿਹਾਰਾਂ ਦਾ ਹੱਲ ਕੱਢਣ ਦੇ ਲਈ ਕਿਹਾ ਹੈ ਵਿਕਰਮ ਮਜੀਠਿਆ ਨੇ ਆਪਣੇ ਟਵੀਟ ਦੇ ਵਿੱਚ ਆ ਕਿ ਸੀਐਮ ਭਗਵੰਤ ਮਾਨ ਸਾਹਿਬ ਲੋਕਾਂ ਦੇ ਕੋਲੋਂ ਪਾਣੀ ਦਾ ਹੱਲ ਪੁੱਛ ਰਹਿਣ ਜੇਕਰ ਲੋਕਾਂ ਨੇ ਹੱਲ ਕਰਨਾ ਸੀ ਤਾਂ ਉਹ ਤੁਹਾਨੂੰ ਕਿਉਂ ਪੁੱਛਦੇ ਮਜੀਠਿਆ ਦਾ ਟਵੀਟ ਅਕਾਲੀ ਆਗੂ ਵਿਕਰਮ ਸੰਗਾ ਮਜੀਠਿਆ ਨੇ ਟਵੀਟ ਜਾਰੀ ਕਰਦਿਆਂ ਲਿਖਿਆ ਹੈ ਕਿ ਸੀਐਮ ਭਗਵੰਤ ਮਾਨ ਸਾਹਿਬ ਕਹਿ ਰਹੇ ਹਨ ਤੁਸੀਂ ਇਹਦਾ ਹੱਲ ਦੱਸੋ ਐਕਾ ਸਟੇਟ ਦੇ ਮੁੱਖ ਮੰਤਰੀ ਨੂੰ ਹਾਲ ਹੀ ਨਹੀਂ ਪਤਾ ਜੇ ਜਨਤਾ ਨੂੰ ਹੱਲ ਪਤਾ ਹੁੰਦਾ ਤਾਂ ਤੁਹਾਨੂੰ ਉਹਨਾਂ ਕਿਉਂ ਪੁੱਛਣਾ ਸੀ ਤੁਹਾਨੂੰ ਇਸ਼ਤਿਹਾਰ ਦੇਣ ਦਾ ਹੱਲ ਪਤਾ ਹੈ ਪਿੰਡ ਦੇ ਵਿੱਚ ਆਏ ਪਾਣੀ ਦੇ ਨਾਲ ਨਹੀਂ ਝਟਣ ਦਾ ਨਹੀਂ ਪਤਾ ਦਿੱਲੀ ਵਾਲੇ ਟੀਮ ਨੂੰ ਹੀ ਪੁੱਛ ਲਓ ਰੂਸ ਨੇ ਯੂਕਰੇਨ ਦੇ ਨਾਲ ਅਨਾਜ ਸਮਝੌਤੇ ਤੋਂ ਪਿੱਛੇ ਹਟਣ ਦੇ ਦਿੱਤੇ ਧਮਕੇ ਗਲੋਬਲ ਖਾਦ ਸੁਰੱਖਿਆ ਬਾਰੇ ਬੜੀ ਚਿੰਤਾ ਜੀ ਹਾਂ ਦੋਸਤੋ ਰੂਸ ਦੁਆਰਾ ਸੰਯੋਗਤਾ ਰਾਸ਼ਟਰ ਦੇ ਬਚੋਲਗੀ ਦੇ ਨਾਲ ਯੂਕਰੇਨ ਦੇ ਨਾਲ ਹੋਏ ਅਨਾਜ ਸੌਦੇ ਨੂੰ ਅੱਗੇ ਵਧਾਉਣ ਦੇ ਮਨਜ਼ੂਰੀ ਨਾ ਦੇਣ ਦੇ ਖਾੜਸ਼ੇ ਦੇ ਨਾਲ ਦੁਨੀਆ ਭਰ ਦੇ ਵਿੱਚ ਚਿੰਤਾਵਾਦੀ ਜਾਰੀ ਹੈ ਐਸ ਸਮਝੌਤੇ ਤਹਿਤ ਯੂਕਰੇਨ ਨੂੰ ਦੁਨੀਆ ਦੇ ਉਹਨਾਂ ਹਿੱਸਿਆਂ ਵਿੱਚ ਅਨਾਜ ਦੀ ਸਪਲਾਈ ਕਰਨ ਦੀ ਇਜਾਜ਼ਤ ਦਿੱਤੀ ਗਿਆ ਜਿੱਥੇ ਭੁੱਖਮਰੀ ਦੀ ਸਥਿਤੀ ਹੈ ਰੂਸ ਦੁਆਰਾ ਸੌਦੇ ਦੀ ਮਿਆਦ ਅੱਗੇ ਨਾ ਵਧਾਉਣ ਦੇ ਖਾੜਸ਼ੇ ਵਿੱਚਕਰ ਹੁਣ ਯੋਧਾ ਪ੍ਰਭਾਵਿਤ ਯੂਕਰੇਨ ਦੇ ਕਾਲੇ ਸਾਗਰ ਬੰਦਰਗਾਹਾਂ ਤੇ ਜਹਾਜ਼ ਨਹੀਂ ਪਹੁੰਚ ਰਹੇ ਹਨ ਅਤੇ ਪਹੁੰਚ ਨਹੀਂ ਬਰਾਮ ਦਾ ਘਟ ਰਹੀ ਹੈ ਅਗਲੀ ਖਬਰ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਦਾ ਦਰਸਨ ਲੱਗਿਆ ਅਸਰ ਤਿੰਨ ਮਹੀਨਿਆਂ ਵਿੱਚ ਸਭ ਤੋਂ ਉੱਚੇ ਪੱਧਰ ਤੇ ਪਹੁੰਚੀ ਮੰਗਾਈ ਤਾਂ ਦੋਸਤੋ ਸਰਕਾਰ ਨੇ ਕੱਲ੍ਹ ਜੂਨ ਮਹੀਨੇ ਦੇ ਲਈ ਪਰਚੂਨਾ ਮੰਗਾਈ ਦਰ ਦੇ ਅੰਕੜੇ ਜਾਰੀ ਕੀਤੇ ਹਨ ਸਰਕਾਰੀ ਅੰਕੜਿਆਂ ਦੇ ਮੁਤਾਬਕ ਜੂਨ ਦੇ ਵਿੱਚ ਪਰਚੂਨਾ ਮੰਗਾਈ ਦਰ 4.81 ਫੀਸਦੀ ਦੇ ਤਿੰਨ ਮਹੀਨਿਆਂ ਦੇ ਉੱਚ ਪੱਧਰ ਤੇ ਪਹੁੰਚ ਗਿਆ ਸਰਕਾਰ ਦੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਪਰਚੂਨਾ ਮੰਗਾਈ ਬਾਧੰਦਾ ਮੌਕਾ ਕਾਰਨ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਦੇ ਵਿੱਚ ਉਛਾਲ ਹੈ ਕਾਪਤਕਰ ਮੁੱਲ ਸੂਚਕ ਅੰਕ ਤੋਂ ਅਧਾਰਤ ਮੰਗਾਈ ਮਹਿੰਗਾਈ ਵਿੱਚ 4.31% ਅਤੇ ਜੂਨਾ 2022 ਦੇ ਵਿੱਚ 7% ਰਹੀ ਮੰਗਾਈ ਕੰਟਰੋਲ ਵਿੱਚ ਤੁਹਾਨੂੰ ਦੱਸ ਰਿਹਾ ਕਿ ਆਰਬੀ ਨੇ 6% ਤੱਕ ਮੰਗਾਈ ਦਰ ਦਾ ਅਨੁਮਾਨ ਲਗਾਇਆ ਸੀ ਜਿਹਦੇ ਮੁਤਾਬਕ ਪਰਜੂਨਾ ਮੰਗਾਈ ਹਜੇ ਵੀ ਆਰਾਮਦਾਇਕ ਪੱਧਰ ਦੇ ਅੰਦਰ ਬਣੀ ਹੋਈ ਆ ਪਿਛਲੇ ਔਚ ਸੀਪੀਆਈ ਮਾਰਚ ਵਿੱਚ 5.68% ਸੀ ਬਾਬਾ ਬਗੇਸ਼ਵਰ ਦਰਬਾਰ ਦੇ ਵਿੱਚ ਮੱਚੀ ਭਗਦੜ ਕਈਆਂ ਨੂੰ ਕਰੰਟ ਲੱਗਿਆ ਬਜ਼ੁਰਗਾਂ ਤੇ ਬੱਚਿਆਂ ਨੂੰ ਲੱਗੀਆਂ ਗੰਭੀਰ ਸੱਟਾਂ ਜੀ ਹਾਂ ਦੋਸਤੋ ਬਾਬਾ ਬਗੇਸ਼ਵਰ ਦੇ ਦਰਬਾਰ ਦੇ ਵਿੱਚ ਭਗਦੜ ਮੱਚ ਗਈ ਬਾਬੇ ਦੇ ਦਰਬਾਰ ਦੇ ਵਿੱਚ ਆਈ ਭੀੜ ਬੇਕਾਬੂ ਹੋ ਗਈ ਜਿਸ ਕਾਰਨ ਕਈ ਲੋਕਾ ਬੇਹੋਸ਼ ਹੋ ਗਏ ਤੇ ਕਈ ਲੋਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਬਾਬਾ ਬਗੇਸ਼ਵਰ ਦਰਬਾਰ ਦੌਰਾਨ ਮੱਚੇ ਭਗਦੜ ਦੇ ਵਿੱਚ ਵੱਡੀ ਗਿਣਤੀ ਵਿੱਚ ਬੱਚੇ, ਬਜ਼ੁਰਗ ਅਤੇ ਔਰਤਾਂ ਜ਼ਖਮੀ ਹੋ ਗਏ। ਪੰਡਾਲ ਦੇ ਵਿੱਚ ਮੌਜੂਦ ਕੁਝ ਲੋਕਾਂ ਨੂੰ ਕਰੰਟ ਲੱਗ ਗਿਆ ਜਿਸ ਦੇ ਕਾਰਨ ਹਫੜਾ-ਦਫੜੀ ਮੱਚ ਗਈ। ਬਿਜਲੀ ਦੇ ਕਰੰਟ ਤੋਂ ਬਚਣ ਦੇ ਲਈ ਲੋਕ ਇੱਧਰ-ਉੱਧਰ ਭੱਜੇ ਜਿਸ ਦੇ ਕਾਰਨ ਭਗਦੜ ਮੱਚ ਗਈ। ਇਸ ਤੋਂ ਬਾਅਦ ਲੋਕਾਂ ਬੈਰੀਕੇਡ ਟੱਪ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ। ਐਸ ਦਰਨ ਪੁਲਿਸ ਨੇ ਸਥਿਤੀ ਨੂੰ ਸੰਭਾਲਦਿਆਂ ਲੋਕਾਂ ਨੂੰ ਸ਼ਾਂਤ ਕਰਵਾਇਆ। ਆਗਲੀ ਖਬਰ ਆਰਬੀ ਗਵਰਨਰ ਨੇ 1000 ਰੁਪਏ ਦੇ ਨੋਟ ਨੂੰ ਲੈ ਕੇ ਦਿੱਤਾ ਇਹ ਬਿਆਨ ਕਰੋੜਾ ਲੋਕਾਂ ਨੂੰ ਲੱਗਾ ਝਟਕਾ ਜਿਵੇਂ ਦੋਸਤੋ ਕੇਂਦਰ ਸਰਕਾਰ ਤੋਂ ਆਰਬੀ ਦੇ ਵੱਲ ਨੋਟਾਂ ਨੂੰ ਲੈ ਕੇ ਕਈ ਵਾਰ ਵੱਡੇ ਫੈਸਲੇ ਲਈ ਜਾ ਚੁੱਕੇ ਹਨ ਪਹਿਲੇ ਸਾਲ 2016 ਵਿੱਚ ਨੋਟ ਬੰਦ ਹੋਈ ਉਸ ਤੋਂ ਬਾਅਦ 2000 ਰੁਪਏ ਦੇ ਨਵੇਂ ਨੋਟ ਆ ਬਾਜ਼ਾਰ ਦੇ ਵਿੱਚ ਜਾਰੀ ਕੀਤੇ ਗਏ ਤੇ ਹੁਣ ਇੱਕ ਵਾਰ ਫਿਰ 2000 ਰੁਪਏ ਦੇ ਨੋਟ ਨੂੰ ਪਰਚਲਨ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੁਹਾਡੇ ਕੋਲ 2000 ਰੁਪਏ ਦਾ ਨੋਟ ਹੈ ਜਮ੍ਹਾਂ ਕਰਵਾਉਣ ਦੇ ਲਈ 30 ਸਤੰਬਰ ਤੱਕ ਦਾ ਸਮਾਂ ਹੈ ਇਸ ਦੌਰਾਨ ਹੁਣ 1000 ਰੁਪਏ ਤੇ 500 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ 1000 ਰੁਪਏ ਦੇ ਨੋਟ ਨੂੰ ਲੈ ਕੇ ਵੱਡਾ ਬਿਆਨ ਜਾਰੀ ਕੀਤਾ ਹੈ ਕਿ ਜਾਰੀ ਹੋਵੇਗਾ 1000 ਰੁਪਏ ਦਾ ਨੋਟਾਂ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਬਾਹਰ ਕੱਢਣ ਤੋਂ ਬਾਅਦ ਹਰ ਕਿਸੇ ਦੇ ਦਿਮਾਗ ਦੇ ਵਿੱਚ ਇਹ ਸਵਾਲ ਆ ਰਿਹਾ ਸੀ ਕਿ ਕੀ ਹੋਣਾ आरबीई ₹1000 ਦਾ ਨਵਾਂ ਨੋਟ ਜਾਰੀ ਕਰੇਗਾ ਜਾਂ ਫਿਰ ₹500 ਦਾ ਨੋਟ ਦੇਹਦਾ ਸਭ ਤੋਂ ਵੱਡਾ ਨੋਟ ਬਣ ਜਾਵੇਗਾ। ਆਰਬੀ ਗਵਰਨਰ ਨੇ ਇਸ ਬਾਰੇ ਦੱਸਿਆ ਕਿ ਸਰਕਾਰ ਦੇ ਫਿਲਹਾਲ ₹1000 ਦਾ ਨੋਟ ਜਾਰੀ ਕਰਨ ਦੀ ਕੋਈ ਯੋਜਨਾ ਨਹੀਂ ਹੈ। ਮੌਜੂਦਾ ਸਮੇਂ ਦੇ ਬਾਜ਼ਾਰ ਵਿੱਚ ਹੋਰਾਂ ਮੁੱਲਾਂ ਦੇ ਕਾਫੀ ਨੋਟ ਮੌਜੂਦ ਹਨ ਤੇ ਇਸ ਦੇ ਲਈ ਬਾਜ਼ਾਰ ਦੇ ਵਿੱਚ ਨਵੇਂ ਨੋਟਾ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ। 30 ਸਤੰਬਰ ਤੋਂ ਬਾਅਦ ਜਦੋਂ ₹2000 ਦੇ ਨੋਟ ਚੱਲਣ ਤੋਂ ਬਾਹਰ ਹੋ ਜਾਣਗੇ ਫੇਰਾ ਦੇਖਣਾ ਹੋਵੇਗਾ ਕਿ ਕੀ ਕਰਨਾ ਹੈ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਖੜੇ ਹੋ ਰਹੇ ਹਨ ਸਵਾਲ ਜਦੋਂ ਤੋਂ 2000 ਰੁਪਏ ਦਾ ਨੋਟ ਚਲਣ ਤੋਂ ਬਾਹਰ ਹੋਣ ਦੀ ਖਬਰ ਆਈ ਆ ਉਦੋਂ ਤੋਂ 1000 ਰੁਪਏ ਦੇ ਨੋਟਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ ਤੇ ਇਹਦਾਂ ਖਬਰਾਂ ਸੋਸ਼ਲ ਮੀਡੀਆ ਤੇ ਕਈ ਵਾਰ ਦੇਖਣ ਨੂੰ ਮਿਲ ਚੁੱਕੀਆਂ ਜਿਸ ਦਾ ਆਰਬੀ ਦੇ ਵੱਲੋਂ ਹਰ ਵਾਰ ਕੰਡਣ ਕੀਤਾ ਜਾਂਦਾ ਰਿਹਾ ਹੈ ਇਨਕਮ ਟੈਕਸ ਜਾਂਚ ਤੋਂ ਬਚਣ ਦੇ ਲਈ ਜਾਣੋ ਘਰ ਦੇ ਵਿੱਚ ਸੋਨੇ ਦੇ ਗਹਿਣੇ ਰੱਖਣ ਦੇ ਦਿਸ਼ਾ ਨਿਰਦੇਸ਼ ਤਾਂ ਉਸ ਤੋਂ ਭਾਰਤ ਵਿੱਚ ਸੋਨੇ ਦੇ ਗਹਿਣਿਆਂ ਨੂੰ ਖਰੀਦਣ ਅਤੇ ਸਟੋਰ ਕਰਨ ਦੀ ਪਰੰਪਰਾ ਬਹੁਤ ਸੱਭਿਆਚਾਰਕ ਅਤੇ ਪਾਵਨਾਤਮਕ ਮੁੱਲ ਰੱਖਦੇ ਇਨਕਮ ਟੈਕਸ ਰਿਟਰਨ ਭਰਨ ਦੇ ਨੇੜੇ ਆਉਣ ਦੇ ਨਾਲ ਟੈਕਸ ਨਿਯਮਾਂ ਦੇ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਘਰ ਦੇ ਵਿੱਚ ਸੋਨੇ ਦੇ ਗਹਿਣੇ ਰੱਖਣ ਦੇ ਲਈ ਦੇਸ਼ਾਂ ਨਾਲ ਦੇਸ਼ਾਂ ਨੂੰ ਸਮਝਣਾ ਮਹੱਤਵਪੂਰਨ ਹੈ ਇਹ ਲੇਖਾ ਕੇਂਦਰੀ ਪ੍ਰਤੱਖ ਟੈਕਸ ਬੋਰਡ ਦੁਆਰਾ ਸੁਨੇ ਦੇ ਗਹਿਣਿਆਂ ਦੀ ਆਗਿਆ ਜੋਗ ਸੀਮਾਾਂ ਬਾਰੇ ਨਿਰਧਾਰਤ ਨਿਯਮਾਂ ਤੇ ਰੋਸ਼ਨੀ ਪਾਉਂਦਾ ਹੈ ਜੋ ਵਿਅਕਤੀ ਖਾਸ ਕਰਕੇ ਔਰਤਾਂ ਆਮਦਨ ਕਰ ਵਿਭਾਗ ਦਾ ਧਿਆਨ ਖਿੱਚੇ ਬਿਨਾ ਕਰ ਵਿੱਚ ਸੁਰੱਖਿਆਤ ਰੱਖ ਸਕਦੇ ਹਨ ਸੁਨੇ ਦੇ ਗਹਿਣਿਆਂ ਤੇ ਸੀਬੀ ਡੀਟੀ ਨਿਯਮਾ 1994 ਦੇ ਵਿੱਚ ਸੀਬੀ ਡੀਟੀ ਨੇ ਦੇਸ਼ ਨਿਰਦੇਸ਼ਾਂ ਦੀ ਸਥਾਪਨਾ ਕੀਤੀ ਜਿਸ ਵਿੱਚ ਸੁਨੇ ਦੇ ਗਹਿਣੇ ਦੀ ਮਾਤਰਾ ਨੂੰ ਨਿਰਧਾਰਤ ਕੀਤਾ ਗਿਆ ਸੀ ਜੋ ਟੈਕਸ ਦੇ ਪ੍ਰਭਾਵਾਂ ਦਾ ਸਾਹਮਣਾ ਕੀਤੇ ਬਿਨਾ ਬਰਕਰਾਰ ਰੱਖਿਆ ਜਾ ਸਕਦਾ ਇਹਨਾਂ ਨਿਯਮਾਂ ਦੇ ਅਨੁਸਾਰ ਇੱਕ ਵਿਆਹੁਤਾ ਔਰਤ ਆਮਦਾਨਾ ਕਰਦੇ ਛਾਪੇ ਦੇ ਦੌਰਾਨ ਬਿਨਾਂ ਕਿਸੇ ਟੈਕਸ ਦਾ ਭੁਗਤਾਨ ਕੀਤੇ ਜਾਂ ਜਬਤ ਕੀਤੇ ਜਾਂਦੇ ਜੋਖਮ ਤੇ 500 ਗ੍ਰਾਮ ਤੱਕ ਸੋਨੇ ਦੇ ਗਹਿਣੇ ਰੱਖ ਸਕਦੇ ਐਸ ਤਰ੍ਹਾਂ ਇੱਕ ਅਣਵਿਆਹੀ ਔਰਤ 250 ਗ੍ਰਾਮ ਤੱਕ ਸੋਨੇ ਦੇ ਗਹਿਣੇ ਰੱਖ ਸਕਦੇ ਅਤੇ ਵਿਆਹਿਆ ਤੇ ਅਣਵਿਆਹ ਮਰਦਾ ਪਰਿਵਾਰ ਦੇ ਮੈਂਬਰਾਂ ਦੇ ਲਈ ਸੀਮਾ 100 ਗ੍ਰਾਮ ਹੈ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਇਹ ਨਿਯਮ ਖਾਸ ਤੌਰ ਤੇ ਪਰਿਵਾਰਕ ਮੈਂਬਰਾਂ ਤੇ ਲਾਗੂ ਹੁੰਦੇ ਹਨ ਅਤੇ ਆਮਦਨ ਟੈਕਸ ਦੇ ਛਾਪਿਆਂ ਦਰਾਂ ਸੁਰੱਖਿਆ ਦੇ ਪੱਧਰ ਪ੍ਰਦਾਨ ਕਰਦੇ ਹਨ। ਅਗਲੀ ਖਬਰ 84 ਸੈਕਾ ਕਤਲੇਆਮ ਬਰੀ ਕੀਤੇ ਜਾਣ ਬਰਾਧਾ ਅਪੀਲ ਵਿੱਚ ਦੇਰੀ ਨੂੰ ਮਾਫ ਨਹੀਂ ਕੀਤਾ ਜਾਵੇਗਾ ਅਦਾਲਤ। ਤਾਂ ਦੋਸਤੋ ਦਿੱਲੀ ਹਾਈ ਕੋਰਟ ਨੇ 1984 ਦੇ ਸੈਕਾ ਕਤਲੇਆਮ ਦੇ ਨਾਲ ਸੰਬੰਧਤ ਇੱਕ ਮਾਮਲੇ ਦੇ ਵਿੱਚ ਕਈ ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਮਰਾਦਾ ਅਪੀਲ ਦਾਇਰ ਕਰਨਾਂ ਬੈਚ ਸਰਕਾਰ ਦੇ ਕਰੇਵਾ 28 ਸਾਲ ਦੀ ਦੇਰੀ ਨੂੰ ਮਾਫ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਅਜੇ ਹਾ ਕੋਈ ਨਹੀਂ ਹੈ ਕਿ ਇਹਦੇ ਲਈ ਬਾਜਬ ਸਪਸ਼ਟਿਕ ਕਾਰਨ ਨਹੀਂ ਹੈ ਮਲਜ਼ਮਾਨ 1995 ਦੇ ਬੈਚ ਸਥਾਨਕ ਅ ਹੈਟ ਲਈ ਅਦਾਲਤ ਨੇ ਬਰੀ ਕਰ ਦਿੱਤਾ ਸੀ ਸਰਕਾਰ ਨੇ ਕਿਹਾ ਹੈ ਕਿ ਕਤਲੇਆਮ ਦੇ ਮਾਮਲਿਆਂ ਦੇ ਜਾਂਚ ਲਈ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਗਠਾਤਾ ਦੋ ਮੈਂਬਰੀ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਨੇ 2019 ਦੇ ਬੈਚ ਸਫਾਰਿਸ਼ ਕੀਤੀ ਸੀ ਮਲਜਮਾਨ ਨੂੰ ਬਰੀ ਕਰਨ ਦੇ 1995 ਦੇ ਹੁਕਮਾਂ ਬਰਾਧਾ ਅਪੀਲ ਆ ਦਾਇਰ ਕੀਤੀ ਜਾ ਸਕਦੇ ਸਬੂਤਾਂ ਦੇ ਘਾਟ ਕਾਰਨ ਕੇਸ ਬੰਦ ਕਰ ਦਿੱਤਾ ਗਿਆ ਸੀ ਸਰਕਾਰ ਨੇ ਕਿਹਾ ਕਿ ਕੋਵਿਡਾ ਮਹਾਮਾਰੀ ਕਾਰਨ ਅਪੀਲ ਨੂੰ ਜਲਦ ਅੰਤਮ ਰੂਪ ਨਹੀਂ ਦਿੱਤਾ ਜਾ ਸਕਿਆ ਜਿਸ ਕਾਰਨ ਹੋਈ ਹੁਣ 27 ਸਾਲ 335 ਦਿਨਾਂ ਦੀ ਦੇਰੀ ਦੇ ਮਾਫੀ ਦੇ ਲਈ ਅਰਜੀ ਦੇ ਨਾਲ ਅਪੀਲ ਕਰਨ ਦੀ ਆਗਿਆ ਮੰਗਿਆ ਹਾਈ ਕੋਰਟ ਨੇ ਹਾਲਾਂਕਿ ਕਿਹਾ ਹੈ ਕਿ ਦੇਰੀ ਨੂੰ ਮਾਫ਼ ਕਰਨ ਦੇ ਲਈ ਅਰਜ਼ੀ ਬੈਚ ਕੋਈ ਆਧਾਰ ਨਹੀਂ ਬਣਾਇਆ ਗਿਆ ਹੈ ਅਦਾਲਤ ਨੇ ਉਸ ਨੂੰ ਰੱਦ ਕਰ ਦਿੱਤਾ